ਚੌਧਰੀ, ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦਰਅਸਲ ਮੰਗ ਹੈ ਕਿ ਸੈਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਇਆ ਜਾਵੇ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਪ੍ਰਦਰਸ਼ਨ ਦੀ ਅਗਵਾਈ ਕੀਤੀ ਜਾ ਰਹੀ ਹੈ ਔਰ ਮਾਮਲੇ ਦੀ JPC ਜਾਂਚ ਕਰਵਾਉਣ ਦੀ ਵੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਪੂਰੇ ਪ੍ਰਦਰਸ਼ਨ ਦੇ ਵਿੱਚ ਅਗਵਾਈ ਜਿਹੜੀ ਹੈ ਉਹ ਕਰਨਗੇ। ਸੈਕਟਰ 17 ਦੇ ਵਿੱਚ ਸਥਿਤ ਸੈਬੀ ਦਫ਼ਤਰ ਦੇ ਵੱਲ ਜਾਣ ਦੀਆਂ ਕੋਸ਼ਿਸ਼ਾਂ ਪੰਜਾਬ ਕਾਂਗਰਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤਾਂ ਸਮੁੱਚੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਇਸ ਪ੍ਰਦਰਸ਼ਨ ਦੇ ਵਿੱਚ ਮੌਜੂਦ ਰਹਿਣ ਵਾਲੀ ਹੈ। ਤਾਂ ਸੈਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਇੱਥੇ ਪੰਜਾਬ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਲਾਂਕਿ ਵੇਖਿਆ ਗਿਆ ਕਿ ਲਗਾਤਾਰ ਜਿਹੜੀ ਪੰਜਾਬ ਕਾਂਗਰਸ ਹੈ, ਲਗਾਤਾਰ ਕਾਂਗਰਸ ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਘੇਰਦੀ ਹੋਈ ਨਜ਼ਰ ਆਈ ਹੈ, ਚਾਹੇ ਉਹ ਨੀਟ ਮਾਮਲੇ ਦੇ ਵਿੱਚ ਹੋਵੇ ਔਰ ਚਾਹੇ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੰਜਾਬ ਕਾਂਗਰਸ ਦੇ ਵੱਲੋਂ ਅਤੇ ਨਾਲ ਹੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ। ਤਾਂ ਸੈਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਹੈ। ਹਾਲਾਂਕਿ ਲਗਾਤਾਰ ਵੇਖਿਆ ਗਿਆ ਕਿ ਕਾਂਗਰਸ ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਲਗਾਤਾਰ ਘੇਰਦੀ ਹੋਈ ਨਜ਼ਰ ਆਈ, ਚਾਹੇ ਉਹ ਨੀਟ ਮਾਮਲੇ ਦੇ ਵਿੱਚ ਹੋਵੇ ਔਰ ਚਾਹੇ ਉਹ NSUI ਦੇ ਵੱਲੋਂ ਪ੍ਰੋਟੈਸਟ ਹੋਵੇ। ਤਾਂ ਦੂਜੇ ਪਾਸੇ ਹੁਣ ਸੈਬੀ ਦੇ ਮੁਖੀ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਵੀ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਤਾਂ ਇੱਥੇ ਸਲੋਗਨ ਵੀ ਲਿਖੇ ਹੋਏ ਨੇ, ਉੱਥੇ ਹੀ ਸਾਡੇ ਸਹਿਯੋਗੀ ਵੀ ਇਸ ਪ੍ਰੋਟੈਸਟ ਦੇ ਦੌਰਾਨ ਮੌਜੂਦ ਨੇ, ਸਿੱਧਾ ਤੁਹਾਨੂੰ ਉਧਰ ਦਾ ਰੁਖ ਕਰਵਾਉਂਦੇ ਆ। ਪ੍ਰਦਰਸ਼ਨ ਹੈਗਾ ਹਿੰਡਨਬਰਗ ਦੀ ਰਿਪੋਰਟ ਨੂੰ ਲੈ ਕੇ ਅਡਾਨੀ ਤੇ ਉਹਨਾਂ ਦੇ ਉੱਪਰ ਇਲਜ਼ਾਮ ਲੱਗ ਰਹੇ। ਗੱਲਬਾਤ ਕਰ ਲੈਂਦੇ ਪ੍ਰਗਟ ਸਿੰਘ ਮੈਡਮ ਜੀ ਦਾ। ਪ੍ਰਗਟ ਜੀ, ਕਾਂਗਰਸ ਦਾ ਪ੍ਰਦਰਸ਼ਨ ਕੇਂਦਰ ਖਿਲਾਫ ਹਿੰਡਨਬਰਗ ਨੂੰ ਲੈ ਕੇ? ਹਾਂ, ਡੈਫੀਨੇਟਲੀ, ਕਿਉਂਕਿ ਇਹ ਜਿਹੜੀ ਸੈਬੀ ਦੀ ਚੀਫ ਹੈ ਉਹਦੇ ਜਿਹੜੇ ਖਾਸ ਕਰਕੇ ਉਹਦੇ ਸ਼ੇਅਰ, ਉਹਦੇ ਤਾਂ ਉਹਦੇ ਜਿਹੜੇ ਹਸਬੈਂਡ ਦੇ ਸ਼ੇਅਰ ਹੋਲਡਰ ਉਹ ਅਡਾਨੀ ਦੀਆਂ ਜਿਹੜੀਆਂ ਫੋਰਨ ਫਰਮਸ ਆ ਉਹਦੇ ਵਿੱਚ ਹੈਗੇ ਆ, ਔਰ ਕਨਫਲਿਕਟ ਆਫ ਇੰਟਰਸਟ ਹੈਗਾ ਇਸ ਕਰਕੇ ਕਿਉਂਕਿ ਦੇਸ਼ ਜਿਹੜਾ ਫਾਈਨੈਂਸ਼ਲੀ ਤੌਰ 'ਤੇ ਮੋਦੀ ਸਰਕਾਰ ਜਿਹੜੀ ਉਹ ਬਹੁਤ ਨੁਕਸਾਨ ਵਾਲੇ ਪਾਸੇ ਨੂੰ ਲੈ ਕੇ ਜਾ ਰਹੀ ਆ, ਉਹਦੇ ਸੰਬੰਧ ਦੇ ਵਿੱਚ ਇਹ ਪ੍ਰੋਟੈਸਟ ਹੈ। ਕਿ ਨੁਕਸਾਨ ਕੀ ਹੋ ਰਿਹਾ, ਜੇਕਰ ਤੁਸੀਂ ਕਹਿ ਰਹੇ ਹੋ ਕਿ ਦੇਸ਼ ਨੂੰ ਨੁਕਸਾਨ ਹੋ ਰਿਹਾ, ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਰਿਹਾ, ਕਿਸ ਤਰੀਕੇ ਨਾਲ ਫਾਇਦਾ ਅਡਾਨੀ ਨੂੰ ਦਿੱਤਾ ਗਿਆ ਇਸ? ਉਹ ਜਦੋਂ ਜਿਹੜੀ ਚੀਫ ਹੈ ਜਿਹੜੀ ਉਸ ਔਰਗਨਾਈਜੇਸ਼ਨ ਨੂੰ ਕੰਟਰੋਲ ਕਰਦੀ ਹੈ, ਜੇ ਉਹਦੀ ਚੀਫ ਦੇ ਹੀ ਉੱਥੇ ਇਨਵੈਸਟਮੈਂਟਸ ਹੋਣਗੀਆਂ, ਠੀਕ ਹੈ, ਤਾਂ ਅਲਟੀਮੇਟਲੀ ਕਿਉਂ ਉਹ ਇਨਵੈਸਟਮੈਂਟ ਸੇਫ ਹੋਣਗੀਆਂ, ਕਿਉਂ ਇਸ ਦੇਸ਼ ਨੂੰ ਇਸ ਪਾਸੇ ਨੂੰ ਧੱਕਿਆ ਜਾ ਰਿਹਾ? ਕਿਉਂਕਿ ਹਮੇਸ਼ਾ ਜਿਹੜਾ ਕਨਫਲਿਕਟ ਆਫ ਇੰਟਰਸਟ ਹੁੰਦਾ ਉਹ ਹਮੇਸ਼ਾ ਹੀ ਉਸ ਔਰਗਨਾਈਜੇਸ਼ਨ ਲਈ ਨੁਕਸਾਨਦੇਹ। ਪ੍ਰਗਟ ਜੀ, ਕੀ ਡਿਮਾਂਡ ਹੈਗੀ ਹੈ, ਕੀ ਸਸਪੈਂਡ ਕਰਨ ਦੀ ਡਿਮਾਂਡ ਹੈ, ਕੋਈ ਰਿਪੋਰਟ ਜਾਂਚ ਕਰਵਾਉਣ ਦੀ ਡਿਮਾਂਡ ਹੈਗੀ, ਕੀ ਕਾਂਗਰਸ ਡਿਮਾਂਡ ਕਰ ਰਹੀ? ਬੇਸਿਕਲੀ ਤਾਂ ਇਹਦੀ ਜਾਂਚ ਹੋਣੀ ਚਾਹੀਦੀ ਉੱਚ ਪੱਧਰੀ, ਔਰ ਇਹਨਾਂ ਨੂੰ ਇਸ ਪੋਸਟ ਤੋਂ ਹਟਾਉਣਾ ਚਾਹੀਦਾ। ਰਮਨੀਤ ਬਿੱਟੂ ਨੂੰ ਲੈ ਕੇ ਜੋ ਕਿਸਾਨਾਂ ਨੂੰ ਲੈ ਕੇ ਬਿਆਨਬਾਜ਼ੀ ਹੋ ਰਹੀ ਹੈ, ਸਿੱਧੇ ਤੌਰ 'ਤੇ ਜਥੇਬੰਦੀਆਂ ਉੱਪਰ ਹਮਲੇ ਸਾਧ ਰਹੇ ਗਏ ਰਮਨੀਤ ਬਿੱਟੂ, ਜਿਵੇਂ ਰਾਜਸਥਾਨ ਜਾਂਦੇ ਪੰਜਾਬ ਦੇ ਕਿਸਾਨ ਜਥੇਬੰਦੀ 'ਤੇ ਹਮਲੇ? ਐਕਚੁਲੀ ਮੈਨੂੰ ਤਾਂ ਕਦੀ ਵੈਸੇ ਬਿੱਟੂ ਬੈਲੈਂਸ ਨਹੀਂ ਲੱਗੇ, ਸੱਚੀ ਗੱਲ ਤਾਂ ਇਹ ਆ, ਮੈਂ ਕਦੀ ਉਹਦੇ ਕਿਸੇ ਵੀ ਬਿਆਨ ਨੂੰ ਬਹੁਤਾ ਇਸ ਕਰਕੇ ਸੀਰੀਅਸ ਨਹੀਂ ਲੈਂਦਾ ਵੀ ਜਿਹੜਾ ਬੰਦਾ ਆਪਣੇ ਸਟੈਂਡ 'ਤੇ ਕਦੀ ਨਹੀਂ ਖੜਦਾ, ਕਿਉਂਕਿ ਅੱਜ ਕੋਈ ਹੋਰ ਗੱਲ ਕਹਿ ਦਿੰਦਾ, ਕੱਲ੍ਹ ਨੂੰ ਹੋਰ ਗੱਲ ਕਹਿ ਦਿੰਦਾ, ਪਰਸੋਂ ਨੂੰ ਹੋਰ ਗੱਲ ਕਹਿ ਦਿੰਦਾ। ਮੈਨੂੰ ਲੱਗਦਾ ਨਹੀਂ ਹੈ ਕਿ ਇਹੋ ਜਿਹੇ ਲੀਡਰ 'ਤੇ ਕੋਈ ਬਹੁਤਾ ਯਕੀਨ ਕਰਨ ਦੀ ਜ਼ਰੂਰਤ ਹੈਗੀ। ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ, ਰਕੇਸ਼ ਟਿਕੈਤ ਦਾ ਵੀ ਬਿਆਨ ਆਇਆ ਕਿ ਬੰਗਲਾਦੇਸ਼ ਵਰਗੇ ਹਾਲਾਤ ਹੋ ਜਾਣਗੇ, ਅਸੀਂ ਉਸੇ ਤਰ੍ਹਾਂ ਕਰਾਂਗੇ ਜੋ ਬੰਗਲਾਦੇਸ਼ ਦੇ ਵਿੱਚ ਤਖਤਾਪਲਟ ਹੋਇਆ ਚੀਜ਼ਾਂ ਨੂੰ ਲੈ ਕੇ।
ਬਾਕੀ ਦੇਖੋ ਅਸੀਂ ਮਾੜੇ ਪਾਸੇ ਨੂੰ ਵੱਧ ਰਹੇ ਹੈਗੇ ਹਾਂ, ਸਾਡਾ ਸਿਸਟਮ ਜਿਹੜਾ ਆ ਕਮਜ਼ੋਰੀ ਵਾਲੇ ਪਾਸੇ ਨੂੰ ਵੱਧ ਰਿਹਾ ਹੈਗਾ, ਕਿਉਂਕਿ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਉਹ ਕੋਈ ਬਹੁਤਾ ਚੰਗਾ ਨਹੀਂ ਹੋਇਆ। ਇਟ ਇਜ਼ ਏ ਬੇਸਿਕਲੀ ਇੱਕ ਸਿਵਲ ਵਾਰ ਵਾਂਗ ਜਿਹੜਾ ਐਕਟ ਹੋ ਰਿਹਾ ਹੈਗਾ। ਸਾਡੇ ਗੁਆਂਢੀ ਮੁਲਕਾਂ ਦੇ ਵਿੱਚ ਵੀ, ਅਫਗਾਨਿਸਤਾਨ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਹੈਗੇ ਆ, ਪਾਕਿਸਤਾਨ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਹੈਗੇ ਆ, ਹਿੰਦੁਸਤਾਨ ਦੇ ਹਾਲਾਤ ਉਹਨਾਂ ਨਾਲੋਂ ਬਿਹਤਰ ਆ, ਪਰ ਸਾਨੂੰ ਉਹਦੇ 'ਤੇ ਗੌਰ ਕਰਕੇ ਇੱਦਾਂ ਨਾ ਹੋਵੇ ਵੀ ਲੋਕ ਜਿਨ੍ਹਾਂ ਨੂੰ ਜਸਟਿਸ ਨਹੀਂ ਮਿਲਦਾ ਉਹ ਕਿਤੇ ਹੌਲੀ ਹੌਲੀ ਇੱਧਰਲੇ ਪਾਸੇ ਨੂੰ ਤੁਰਨ ਲੱਗ ਪੈਣ। ਠੀਕ ਹੈ, ਕੋਈ ਹਮਲਾ ਨਹੀਂ ਹੈ, ਇਹ ਬਿਲਕੁਲ ਸੱਚਾਈ ਹੈ। ਇਹ ਬਾਹਰ ਜਾ ਕੇ ਜਿੰਨਾ ਕਾਲਾ ਧਨ ਕਮਾਉਂਦੇ ਆ, ਜਿਹੜਾ ਮੋਦੀ ਕਹਿੰਦਾ ਸੀ ਲੈ ਕੇ ਆਊਂਗਾ ਉਹ ਡਾਨੀ ਕੋਲੇ ਜਾਂਦਾ ਹੈ ਤੇ ਦੂਜੀਆਂ ਕੰਪਨੀਆਂ ਚ ਲਾ ਕੇ ਇਹਦੀ ਕੰਪਨੀਆਂ ਦੇ ਸ਼ੇਅਰ ਵੱਡੇ ਵੱਡੇ ਹੋਈ ਜਾਂਦੇ ਆ। ਇਹ ਕਪੜਾ ਕਾਲਾ 32,000 ਕਰੋੜ ਦਾ ਨਹੀਂ ਹੈ। ਅੱਜ ਜਿਹੜੀ ਲੇਡੀ ਸੇਬੀ ਦੀ ਚੇਅਰਮੈਨ ਹੈ ਮਿਸਿਸ ਬੋਟ, ਇਹਦੀ ਜਿਹੜੀ ਹਿਸਟਰੀ ਹੈ, ਇਹਦੇ ਹਸਬੈਂਡ ਦੀ ਹਿਸਟਰੀ ਹੈ, ਉਹ ਬਹੁਤ ਵਧੀਆ ਹਿਸਟਰੀ ਹੈ। ਇਹਨਾਂ ਨੇ ਕੱਪੜੇ ਬੜੇ ਬੜੇ